ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਦੋ ਭਰਾ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਖੇਤੀਬਾੜੀ ਛੱਡ ਕੇ ਨਾ ਸ਼ਹਿਰ ਚੱਲਦੇ ਆ ਬਿਜ਼ਨਸ ਕਰਦੇ ਆ ਗੱਲ ਸੁਣਿਓ ਧਿਆਨ ਨਾਲ ਦੋ ਚਾਰ ਮਿੰਟ ਦੀ ਗੱਲ ਏ ਬੜਾ ਕੁਝ ਅੱਜ ਲੱਭੇਗਾ ਸਾਨੂੰ ਤੁਹਾਨੂੰ ਸਾਰਿਆਂ ਨੇ ਉਹ ਭਰਾਵਾਂ ਨੇ ਫੈਸਲਾ ਕੀ ਕੀਤਾ ਕਹਿੰਦੇ ਖੇਤੀਬਾੜੀ ਛੱਡੀਏ ਦੋਵੇਂ ਜਾਣੇ ਚੱਲਦੇ ਆ ਸ਼ਹਿਰ ਬਿਜ਼ਨਸ ਕਰਦੇ ਆ ਤੇ ਦੋਵੇਂ ਭਰਾਵਾਂ ਨੇ ਸ਼ਹਿਰ ਵਿੱਚ ਆ ਕੇ ਆਪਣਾ ਇੱਕ ਵੱਡਾ ਹੋਟਲ ਖੋਲ੍ਹ ਲਿਆ ਜਦੋਂ ਹੋਟਲ ਖੋਲ੍ਹਿਆ ਹੋਟਲ ਚੱਲਣ ਲੱਗ ਪਿਆ ਬਹੁਤ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਣਾ ਸ਼ੁਰੂ ਹੋਇਆ ਤੇ ਇੱਕ ਦਿਨ ਨਾ ਇੱਕ ਭਰਾ ਨੂੰ ਲਾਲਚ ਆ ਗਿਆ ਲਾਲਚ ਕਹਿੰਦਾ ਕੰਮ ਇੰਨਾ ਜ਼ਿਆਦਾ ਚੱਲਣ ਲੱਗ ਪਿਆ ਪ੍ਰੋਫਿਟ ਇੰਨਾ ਜ਼ਿਆਦਾ ਹੋਣ ਲੱਗ ਪਿਆ ਵੰਡਣਾ ਸਾਨੂੰ ਦੋ ਹਿੱਸਿਆਂ 'ਚ ਪੈਂਦਾ ਉਹ ਪ੍ਰੋਫਿਟ ਉਹ ਮੁਨਾਫਾ ਕਿਉਂ ਨਾ ਹੋਵੇ ਇਹ ਸਾਰਾ ਪ੍ਰੋਫਿਟ ਮੈਨੂੰ ਹੀ ਮਿਲਿਆ ਕਰੇ ਦੂਜੇ ਭਰਾ ਨੂੰ ਕੁਝ ਨਾ ਮਿਲੇ ਸਕੀਮ ਬਣਾਉਂਦਾ ਕਰਾਂ ਕੀ ਕਹਿੰਦਾ ਇਉਂ ਕਰਦੇ ਹਾਂ ਅੱਜ ਜਦੋਂ ਦੁਪਹਿਰੇ ਖਾਣਾ ਖਾਣ ਬੈਠਾਂਗੇ ਨਾ ਦੋਵੇਂ ਭਰਾ ਤੇ ਆਪਣੇ ਦੂਜੇ ਭਰਾ ਦੇ ਖਾਣੇ ਦੇ ਵਿੱਚ ਮੈਂ ਜ਼ਹਿਰ ਮਿਲਾ ਦੇਣੀ ਹੈ ਉਹ ਜ਼ਹਿਰ ਖਾਏਗਾ ਮਰੇਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿਉਂ ਮੌਤ ਹੋਈ ਹੈ ਤੇ ਸਾਰਾ ਜਿੰਨਾ ਲਾਭ ਹੋਇਆ ਕਰੇਗਾ ਨਾ ਹੋਟਲ ਦੇ ਬਿਜ਼ਨਸ ਵਿੱਚੋਂ ਮੈਨੂੰ ਹੀ ਮਿਲਿਆ ਕਰੇਗਾ ਉਹਨੇ ਕੀਤਾ ਵੀ ਇੱਦਾਂ ਹੀ ਭਰਾ ਖਾ ਰਿਹਾ ਖਾਣਾ ਖਾਣੇ ਦੇ ਵਿੱਚ ਜ਼ਹਿਰ ਮਿਲਾਤਾ ਉਹਨੇ ਜ਼ਹਿਰ ਵਾਲਾ ਜਦੋਂ ਖਾਣਾ ਖਾਧਾ ਉਹਦੀ ਹੋ ਗਈ ਜੀ ਮੌਤ ਹੁਣ ਪ੍ਰੋਫਿਟ ਤੇ ਇਹਨੂੰ ਬਹੁਤ ਹੋਣਾ ਸ਼ੁਰੂ ਹੋ ਗਿਆ ਕੋਈ ਗਮ ਨਹੀਂ ਕਿਉਂਕਿ ਆਪ ਹੀ ਕਤਲ ਕੀਤਾ ਆਪ ਹੀ ਮਾਰਿਆ ਕੋਈ ਗਮ ਨਹੀਂ ਲੋਕਾਂ ਨੂੰ ਵੀ ਨਹੀਂ ਪਤਾ ਲੱਗਾ ਸਾਰਿਆਂ ਦਾ ਸਿਸਟਮ ਇਹੋ ਹੀ ਸੀ ਅਚਾਨਕ ਰੱਬ ਵੱਲੋਂ ਕੋਈ ਬਿੰਦ ਬਣੀ ਇਹਦੀ ਮੌਤ ਹੋ ਗਈ ਪਰ ਇਹਨੂੰ ਪਤਾ ਹੈ ਮੈਂ ਆਪਣੇ ਭਰਾ ਨੂੰ ਆਪ ਮਾਰਿਆ ਹੁਣ ਗੱਲ ਸੁਣਨ ਵਾਲੀ ਜੀ ਦਿਨੋਂ ਦਿਨ ਬਿਜ਼ਨਸ ਚੱਲਣਾ ਸ਼ੁਰੂ ਹੋ ਗਿਆ ਆਖੋ ਧੰਨ ਗੁਰੂ ਰਾਮਦਾਸ ਜੀ ਇਹਨੇ ਬਿਜ਼ਨਸ ਦੇ ਉੱਤੇ ਪੂਰਾ ਆਪਣਾ ਹੱਕ ਜਮਾ ਲਿਆ ਸਾਰਾ ਬਿਜ਼ਨਸ ਦਾ ਜਿੰਨਾ ਵੀ ਪ੍ਰੋਫਿਟ ਇਹਨੂੰ ਹੁੰਦਾ ਤੇ ਸਾਲ ਬਾਅਦ ਇਹਦੇ ਘਰ ਇੱਕ ਪੁੱਤ ਨੇ ਜਨਮ ਲਿਆ ਸਾਲ ਬਾਅਦ ਵੱਡਾ ਹੋਇਆ ਪੁੱਤ ਮੈਂ ਗੱਲ ਬਿਲਕੁਲ ਸੰਖੇਪ 'ਚ ਕਰ ਰਿਹਾ ਜਦੋਂ ਵੱਡਾ ਹੋਇਆ ਨਾ ਬਾਰਵੀਂ ਕਰ ਲਈ ਉਸ ਤੋਂ ਬਾਅਦ ਭੇਜਿਆ ਵਿਦੇਸ਼ ਵਿੱਚ ਪੜ੍ਹਨ ਵਾਸਤੇ ਜਦੋਂ ਵਿਦੇਸ਼ ਵਿੱਚ ਪੜ੍ਹਨ ਵਾਸਤੇ ਭੇਜਿਆ ਰੱਬ ਦੀ ਨੇਚ ਇਹੋ ਜਿਹੀ ਕਿ ਇਹਦੇ ਪੁੱਤਰ ਨੂੰ ਭਿਅੰਕਰ ਬਿਮਾਰੀ ਲੱਗੀ ਅੱਤ ਦਾ ਬਿਮਾਰ ਹੋ ਗਿਆ ਇਹਦਾ ਪੁੱਤਰ ਡਾਕਟਰ ਇਲਾਜ ਕਰਦੇ ਨੇ ਇਲਾਜ ਹੋ ਨਹੀਂ ਪਾ ਰਿਹਾ ਲਾ ਇਲਾਜ ਬਿਮਾਰੀ ਜਿੰਨਾ ਵੀ ਇਹਨੇ ਕਮਾਈ ਕੀਤੀ ਸੀ ਧਨ ਦੌਲਤ ਕਮਾਇਆ ਸੀ ਸਾਰੀ ਉਹ ਧਨ ਦੌਲਤ ਪੁੱਤਰ ਦੇ ਇਲਾਜ ਤੇ ਲੱਗੀ ਤਾਂ ਵੀ ਪੁੱਤ ਰਾਜੀ ਨਹੀਂ ਹੋ ਰਿਹਾ ਸਾਰੀ ਉਹ ਜਿਹੜੀ ਮਾਇਆ ਸੀ ਪੁੱਤਰ ਦੇ ਇਲਾਜ ਤੇ ਲੱਗੀ ਪਰ ਰੋਗ ਰਾਜੀ ਹੋਣ ਦਾ ਨਾਮ ਨਹੀਂ ਲੈ ਰਿਹਾ ਇਧਰੋਂ ਇਹ ਕੰਗਾਲਤਾ ਵੱਲ ਵੱਧ ਰਿਹਾ ਤੇ ਉਧਰ ਹੋਇਆ ਕਿ ਇਹਦਾ ਜਿਹੜਾ ਪੁੱਤਰ ਏ ਅੱਜ ਡਾਕਟਰਾਂ ਨੇ ਬਿਲਕੁਲ ਜਵਾਬ ਦੇ ਦਿੱਤਾ ਜਵਾਬ ਉਹ ਕੀ ਕਹਿੰਦਾ ਡਾਕਟਰ ਕੀ ਕਹਿੰਦੇ ਕਹਿਣ ਲੱਗੇ ਤੇਰੇ ਪੁੱਤਰ ਦਾ ਨਾ ਅੱਜ ਅਖੀਰਲਾ ਦਿਨ ਹੈ ਜੋ ਤੂੰ ਇਹਦੇ ਨਾਲ ਦਿਲ ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਹੈ ਨਾ ਕਰ ਲੈ ਤੇਰੇ ਪੁੱਤਰ ਦਾ ਅੱਜ ਅਖੀਰਲਾ ਦਿਨ ਹੈ ਅਖੀਰਲਾ ਦਿਨ ਅੱਜ ਤੋਂ ਬਾਅਦ ਤੇਰਾ ਪੁੱਤਰ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰ ਪਾਏਗਾ ਉਹਨੇ ਮਰ ਜਾਣਾ ਹੁਣ ਜਦੋਂ ਆਪਣੇ ਪੁੱਤਰ ਦੇ ਕੋਲ ਆਇਆ ਨਾ ਇਹ ਬੰਦਾ ਰੋਈ ਜਾਂਦਾ ਰੋਈ ਜਾਂਦਾ ਪੁੱਤੇ ਜਵਾਨ ਪੁੱਤ ਸਾਹਮਣੇ ਮਰ ਰਿਹਾ ਰੋਈ ਜਾਂਦਾ ਉੱਚੀ ਉੱਚੀ ਰੋਂਦਾ ਤੇ ਉਸ ਵੇਲੇ ਇਹਦੇ ਪੁੱਤ ਨੂੰ ਸੋਝੀ ਹੋ ਗਈ
ਤੇ ਮਰਦਿਆਂ ਮਰਦਿਆਂ ਆਪਣੇ ਬਾਪ ਨੂੰ ਪਤਾ ਕੀ ਕਹਿੰਦਾ? ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਤੂੰ ਮੇਰੇ ਮਰਨ ਦਾ ਦੁੱਖ ਨਾ ਪ੍ਰਗਟ ਕਰ, ਆਪਣੇ ਅੰਦਰ ਦੁੱਖ ਨਾ ਲਿਆ, ਦੁਖੀ ਨਾ ਹੋ ਮੇਰੇ ਮਰਨ ਤੇ। ਉਹ ਕਹਿੰਦਾ ਤੂੰ ਮੇਰਾ ਪੁੱਤ ਨੇ, ਦੁਖੀ ਕਿਉਂ ਨਾ ਹੋਵਾਂ? ਕਹਿੰਦਾ ਮੈਂ ਤੇਰਾ ਪੁੱਤਰ ਨੀ, ਮੈਂ ਤੇਰਾ ਛੋਟਾ ਭਰਾ ਵਾ ਜਿਹਨੂੰ ਤੂੰ ਜ਼ਹਿਰ ਦੇ ਕੇ ਮਾਰਿਆ ਸੀ। ਮੈਂ ਤੇਰਾ ਛੋਟਾ ਭਰਾ ਵਾ ਜਿਹਨੂੰ ਤੂੰ ਜ਼ਹਿਰ ਦੇ ਕੇ ਮਾਰਿਆ ਸੀ। ਪਰਮੇਸ਼ਰ ਨੇ ਮੈਨੂੰ ਬਦਲਾ ਲੈਣ ਵਾਸਤੇ, ਤੇਰੇ ਕਰਮ ਨੂੰ ਪੂਰਾ ਕਰਨ ਵਾਸਤੇ ਤੇਰੇ ਘਰ ਦੁਬਾਰਾ ਜਨਮ ਦਿੱਤਾ ਹੈ। ਇਸ ਕਰਕੇ ਤੂੰ ਮੇਰੇ ਜਾਣ ਦਾ ਦੁੱਖ ਨਾ ਮਨਾ, ਮੈਂ ਤੇ ਤੇਰਾ ਭਰਾ ਵਾਂ ਤੇ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਰਨ ਵਾਸਤੇ ਤੇਰੇ ਘਰ ਵਿੱਚ ਆਇਆ ਸਾਂ। ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤ ਨੂੰ ਮਰਦਾ ਹੋਇਆ ਵੇਖਿਆ, ਅੰਦਰ ਪਛਤਾਵਾ ਹੈ, ਪਰ ਹੁਣ ਪਛਤਾਵੇ ਤੋਂ ਇਲਾਵਾ ਹੋ ਕੁਝ ਨਹੀਂ ਸਕਦਾ। ਹੈਂਜੀ, ਇਹ ਮੇਰੇ ਕਹਿਣ ਦਾ ਇਸ਼ਾਰਾ ਸਮਝੋ ਪਿਆਰਿਓ। ਕਦੀ ਵੀ ਜ਼ਿੰਦਗੀ ਦੇ ਵਿੱਚ ਧੋਖਾ ਦੇ ਕੇ ਦੂਜਿਆਂ ਨੂੰ ਅੱਗੇ ਨਾ ਵਧਿਓ, ਕਿਸੇ ਦਾ ਬੁਰਾ ਕਰਕੇ ਅੱਗੇ ਨਾ ਵਧਿਓ, ਕਿਸੇ ਦੀਆਂ ਲੱਤਾਂ ਖਿੱਚ ਕੇ ਕਿਸੇ ਨੂੰ ਨੀਵਾਂ ਵਿਖਾ ਕੇ ਕਦੀ ਅੱਗੇ ਨਾ ਵਧਿਓ, ਕਿਉਂਕਿ ਇਹ ਕਰਮ ਗਤੀ ਏ, ਜੋ ਬੀਜੇਗਾ ਅੱਜ ਨਹੀਂ ਤੇ ਕੱਲ ਤੈਨੂੰ ਹੀ ਵੱਢਣਾ ਪੈਣਾ। ਤੇ ਜਦੋਂ ਵੱਢਣਾ ਪਏਗਾ ਨਾ, ਭਰਾ ਮਰਿਆ, ਭਰਾ ਮਰਿਆ, ਇਹਨੂੰ ਦੁੱਖ ਨਹੀਂ, ਭਰਾ ਨੂੰ ਆਪ ਮਾਰਿਆ, ਪਰ ਹੁਣ ਜਦੋਂ ਪੁੱਤਰ ਮਰਿਆ ਕੀ ਹਾਲ ਹੋਇਆ ਹੋਏਗਾ ਉਹਦਾ? ਸੋਚੋ, ਜਿਹਨੂੰ ਜਨਮ ਦਿੱਤਾ, ਜਿਹਨੂੰ ਪਾਲਿਆ, ਜਿਹਨੂੰ ਪੜ੍ਹਨ ਵਾਸਤੇ ਬਾਹਰ ਭੇਜਿਆ। ਇਹ ਕਰਮ ਗਤੀ ਏ, ਕਰਮ ਗਤੀ। ਜੇ ਧੋਖਾ ਕਰੇਗਾ ਧੋਖਾ ਹੀ ਵੱਢਣਾ ਤੂੰ, ਤੇ ਜਿੰਨਾ ਕੁ ਧੋਖਾ ਕੀਤਾ ਨਾ ਉਹਨਾਂ ਨੀ ਵੱਢਣਾ, ਉਹ ਤੋਂ ਕਈ ਗੁਣਾ ਜ਼ਿਆਦਾ ਵੱਢਣਾ ਹੀ। ਇਹ ਗੱਲ ਯਾਦ ਵਿੱਚ ਰੱਖੀ। ਕਿਸੇ ਦਾ ਜੇ ਭਲਾ ਕੀਤਾ ਹੀ ਨਾ, ਭਲੇ ਦੇ ਬੀਜ ਪਾਏ, ਇੱਕ ਮਾਈਂਡ ਵਿੱਚ ਗੱਲ ਪੱਕੀ ਫਿੱਟ ਕਰ ਲੈ, ਜਦੋਂ ਉਹ ਭਲੇ ਦੇ ਬੀਜ ਫਲ ਬਣਨੇ ਆ ਨਾ, ਉਹ ਵੀ ਥੋੜੇ ਬਹੁਤੇ ਨੀ ਬਣਨੇ, ਉਹ ਵੀ ਅਨੰਤ ਗੁਣਾ ਵੱਧ ਕੇ ਝੋਲੀ ਚ ਪੈਣੇ। ਜੋ ਬੀਜੇਗਾ ਵੱਢਣਾ ਉਹ ਹੀ ਪੈਣਾ। ਪਿਆਰ ਬੀਜਿਆ ਤੇ ਪਿਆਰ ਵੱਢੇਗਾ, ਨਫ਼ਰਤ ਬੀਜੀ ਨਫ਼ਰਤ ਵੱਢੇਗਾ, ਜੇ ਧੋਖਾ ਬੀਜਿਆ ਹੀ ਧੋਖਾ ਹੀ ਵੱਢੇਗਾ। ਹੈਂਜੀ, ਇਹ ਮੇਰੀ ਬੇਨਤੀ ਏ, ਅਸੀਂ ਸੰਗਤ ਕਰਦੇ ਹਾਂ ਰੋਜ਼, ਕਦੀ ਵੀ ਕਿਸੇ ਨੂੰ ਧੋਖਾ ਦੇ ਕੇ ਗਾਂ ਨਾ ਵਧੋ, ਕਿਉਂਕਿ ਇਹ ਕਰਮ ਗਤੀ ਏ, ਅੱਜ ਨਹੀਂ ਤੇ ਕੱਲ ਤੇਰੇ ਅੱਗੇ ਆਉਣੀ ਆਉਣੀ। ਕਿਸ ਰੂਪ ਚ ਆ ਜੇ ਇਹ ਤੇ ਪਰਮੇਸ਼ਰ ਜਾਣਦਾ, ਤੇ ਉਦੋਂ ਫਿਰ ਤੂੰ ਦੁਖੀ ਬਹੁਤ ਹੋਏਗਾ, ਫਿਰ ਉਦੋਂ ਤੂੰ ਪਛਤਾਵਾ ਕਰੇਗਾ, ਉਹ ਹੋ ਕਾਸ਼ ਮੈਂ ਇਹ ਕੰਮ ਨਾ ਹੀ ਕੀਤਾ ਹੁੰਦਾ, ਕਾਸ਼ ਮੈਂ ਇਹ ਬੁਰਾ ਬੀਜ ਨਾ ਹੀ ਬੀਜਿਆ ਹੁੰਦਾ, ਕਾਸ਼ ਮੈਂ ਨਿੰਦਿਆ ਨਾ ਹੀ ਕੀਤੀ ਹੁੰਦੀ, ਕਾਸ਼ ਮੈਂ ਇਹਨੂੰ ਨੀਵਾਂ ਨਾ ਹੀ ਵਿਖਾਇਆ ਹੁੰਦਾ, ਕਾਸ਼ ਮੈਂ ਧੋਖਾ ਨਾ ਹੀ ਕੀਤਾ ਹੁੰਦਾ। ਪਰ ਉਦੋਂ ਫਿਰ ਪਛਤਾਵੇ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਆਉਣਾ। ਇਹ ਮੇਰੀ ਬੇਨਤੀ ਹੈ, ਕੋਈ ਵੀ ਕਰਮ ਹੈ ਉਹਨੂੰ ਬੀਜਣ ਲੱਗਿਆਂ 100 ਵਾਰੀ ਸੋਚੋ, ਕਿਉਂਕਿ ਇਹ ਬੀਜੇ ਹੋਏ ਵੱਢਣੇ ਸਾਨੂੰ ਹੀ ਪੈਣੇ ਨੇ।